ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 12 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ, ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। 12 ਜਨਵਰੀ, ਜਿਵੇਂ ਕੱਲ੍ਹ ਤਕਰੀਬਨ 11 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੁਪਹਿਰ ਵੇਲੇ ਧੁੱਪ ਨਿਕਲ ਆਈ ਸੀ। ਕੁਝ ਕੁ ਇਲਾਕਿਆਂ ਦੇ ਵਿੱਚ ਸੋਹਣੀ ਧੁੱਪ ਵੀ ਨਿਕਲੀ ਹੋਈ ਸੀ। ਥੋੜ੍ਹੇ ਬਹੁਤੇ ਇਲਾਕੇ ਹੀ ਰਹਿ ਗਏ ਸਨ ਜਿਨ੍ਹਾਂ ਵਿੱਚ ਸੂਰਜ ਦੇ ਦਰਸ਼ਨ ਨਹੀਂ ਹੋਏ ਸਨ। ਉਸ ਸਦਕਾ ਅੱਜ 12 ਜਨਵਰੀ ਰਾਤ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਧੁੰਦ ਬਣਨੀ ਸ਼ੁਰੂ ਹੋ ਚੁੱਕੀ ਸੀਗੀ ਅਤੇ ਸਵੇਰ ਵੇਲੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੇ ਵੀ ਹੈ ਅਤੇ ਕੁਝ ਕੁ ਖੇਤਰਾਂ ਦੇ ਵਿੱਚ ਬੱਦਲਵਾਈ ਜਿਵੇਂ ਪਹਿਲਾਂ ਬਣੀ ਹੋਈ ਸੀ ਉਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ। ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਹ ਜਿਹੜੀ ਧੁੰਦ ਬਣੀ ਹੋਈ ਹੈ 11-12 ਵਜੇ ਦੇ ਆਸ ਪਾਸ ਦੂਰ ਹੋ ਜਾਵੇਗੀ ਅਤੇ ਤਕਰੀਬਨ ਕੱਲ੍ਹ ਵਾਂਗੂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਜਿਸ ਸਦਕਾ ਪੰਜਾਬ ਵਿੱਚ ਥੋੜ੍ਹੀ ਜਿਹੀ ਕੋਲਡ ਵੇਵ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਕੱਲ੍ਹ ਦਾ ਪੰਜਾਬ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹ ਵੀ ਉਸ ਵਿੱਚ ਵੀ ਗਿਰਾਵਟ ਆਈ ਹੈ, ਯਾਨੀ ਕਿ ਅੱਗੇ ਜਿਹੜਾ 9-10 ਡਿਗਰੀ ਦੇ ਆਸ ਪਾਸ ਬਣਿਆ ਹੋਇਆ ਸੀਗਾ, ਇਹ ਕੱਲ੍ਹ ਦੁਪਹਿਰ ਵੇਲੇ ਕੁਝ ਕੁ ਇਲਾਕਿਆਂ ਦੇ ਵਿੱਚ 15 ਡਿਗਰੀ ਨੂੰ ਟੈਂਪਰੇਚਰ ਨੇ ਪਾਰ ਕੀਤਾ ਹੈ, ਜਿਸ ਕਰਕੇ ਠੰਡ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਦਾ ਮੌਸਮ ਥੋੜ੍ਹਾ ਜਿਹਾ ਸਾਫ਼ ਹੋਵੇਗਾ, ਪਰ ਲੰਘਦੀ ਬੱਦਲਵਾਈ ਕਰਕੇ ਇੱਕ ਸਿਸਟਮ ਦੇ ਪ੍ਰਭਾਵ ਕਰਕੇ ਸੂਰਜ ਦੇ ਕਰੇ ਦਰਸ਼ਨ ਹੋਣਗੇ ਅਤੇ ਕਦੇ ਮਾੜੇ ਜਿਹਾ ਬੱਦਲਵਾਈ ਵਾਲਾ ਮਾਹੌਲ ਬਣ ਗਿਆ। ਇਸ ਤਰ੍ਹਾਂ ਦਾ ਮੌਸਮ ਲਗਾਤਾਰ ਪੰਜਾਬ ਵਿੱਚ ਅਗਲੇ 2 ਦਿਨ ਬਣਿਆ ਰਹੇਗਾ, ਪਰ ਮੀਂਹ ਦਾ ਕੋਈ ਵੀ ਖਾਸ ਸੰਭਾਵਨਾ ਅਜੇ ਵੀ ਨਹੀਂ ਦਿਖਦੀ। ਅਤੇ ਅੱਧ ਜਨਵਰੀ ਪੰਜਾਬ ਦਾ ਜਾਣੀ ਕਿ ਮੀਂਹਾਂ ਤੋਂ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕੋਹਰੇ ਪੈਣ ਦੀ ਸੰਭਾਵਨਾ ਵੱਧ ਰਹੀ ਹੈ। ਜਿਸ ਦਿਨ ਪੰਜਾਬ ਵਿੱਚ ਪੂਰੀ ਤਰ੍ਹਾਂ ਧੁੱਪ ਲੱਗੀ ਤਾਂ ਉਸ ਤੋਂ ਅਗਲੇ ਦਿਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਕੋਹਰਾ ਪਵੇ।